ਪ੍ਰਾਈਮ ਏਸ਼ੀਆ ਟੀ ਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਪ੍ਰੋਗਰਾਮ ਪ੍ਰਾਈਮ ਟਾਕ ਦੇ ਵਿੱਚ। ਟਾਕ ਯਾਨੀ ਗੱਲਬਾਤ, ਗੱਲਬਾਤ ਵੱਖ ਵੱਖ ਮੁੱਦਿਆਂ 'ਤੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕਰਦੇ ਰਹਿੰਦੇ ਹਾਂ। ਇਹਦੇ ਵਿੱਚ ਅਸੀਂ ਹਰੇਕ ਤਰ੍ਹਾਂ ਦਾ ਮੁੱਦਾ ਵਿਚਾਰਦੇ ਹਾਂ, ਇਸ ਕਾਰਨ ਤਾਂ ਕਿ ਤੁਹਾਡੀ ਜਾਣਕਾਰੀ ਦੇ ਵਿੱਚ ਅਸੀਂ ਲਗਾਤਾਰ ਵਾਧਾ ਕਰ ਸਕੀਏ। ਜੇ ਕਿਸੇ ਨੂੰ ਕੋਈ ਸਮੱਸਿਆ ਤਾਂ ਉਸ ਸਮੱਸਿਆ ਦਾ ਕਿਤੇ ਨਾ ਕਿਤੇ ਅਸੀਂ ਹੱਲ ਕਰਨ ਦੀ ਕੋਸ਼ਿਸ਼ ਦੇ ਵਿੱਚ ਵੀ ਰਹਿੰਦੇ ਹਾਂ। ਅਤੇ ਜਿਸ ਤਰ੍ਹਾਂ ਤੁਸੀਂ ਪ੍ਰਾਈਮ ਏਸ਼ੀਆ ਟੀ ਵੀ ਨੂੰ ਪਿਆਰ ਦਿੰਦੇ ਹੋ, ਪ੍ਰਾਈਮ ਏਸ਼ੀਆ ਟੀ ਵੀ ਦੇ ਉਹਨਾਂ ਮਹਿਮਾਨਾਂ 'ਤੇ ਯਕੀਨ ਕਰਦੇ ਹੋ ਜਿਨ੍ਹਾਂ ਨੂੰ ਅਸੀਂ ਲੈ ਕੇ ਆਉਂਦੇ, ਤਾਂ ਸਾਡੀ ਜ਼ਿੰਮੇਵਾਰੀ ਹੋਰ ਜ਼ਿਆਦਾ ਵੱਧ ਜਾਂਦੀ ਹੈ ਕਿ ਅਸੀਂ ਤੁਹਾਡੇ ਤੱਕ ਬਿਲਕੁਲ ਯੋਗ ਵਿਅਕਤੀਆਂ ਨੂੰ, ਯੋਗ ਮਾਹਿਰਾਂ ਨੂੰ ਲੈ ਕੇ ਆਈਏ। ਅੱਜ ਕੱਲ੍ਹ ਬਹੁਤ ਸਾਰੀਆਂ ਬਿਮਾਰੀਆਂ ਲੋਕਾਂ ਨੂੰ ਲੱਗੀਆਂ ਹੋਈਆਂ ਨੇ, ਭਾਵੇਂ ਉਹ ਸਾਡੀ ਜੀਵਨ ਜਾਂਚ ਇਸ ਤਰ੍ਹਾਂ ਦੀ ਹੋ ਗਈ ਹੈ, ਸਾਡਾ ਜੀਵਨ ਢੰਗ ਇਸ ਤਰ੍ਹਾਂ ਦਾ ਹੋ ਗਿਆ ਕਿ ਕਈ ਤਰ੍ਹਾਂ ਦੀਆਂ ਬਿਮਾਰੀਆਂ ਅਸੀਂ ਅਣਜਾਣਪੁਣੇ ਵਿੱਚ ਹੀ ਛੇੜ ਲੈਂਦੇ ਹਾਂ। ਅਤੇ ਬਹੁਤੀ ਵਾਰੀ ਸਾਨੂੰ ਪਰਿਵਾਰਾਂ ਵਿੱਚੋਂ ਵੀ ਜਿਵੇਂ ਸਾਨੂੰ ਜਾਇਦਾਦਾਂ ਮਿਲਦੀਆਂ, ਇਸ ਤਰ੍ਹਾਂ ਪਰਿਵਾਰ ਤੋਂ ਬਿਮਾਰੀਆਂ ਵੀ ਮਿਲਦੀਆਂ ਆਪਣੇ ਵੱਡੇ ਵਡੇਰਿਆਂ ਤੋਂ। ਇੱਕ ਬਿਮਾਰੀ ਜਿਹੜੀ ਅਸੀਂ ਆਮ ਹੀ ਹੁਣ ਲੱਗਦਾ ਕਿ ਸਾਡੇ ਆਮ ਬੋਲਚਾਲ ਦੇ ਵਿੱਚੋਂ ਸ਼ਬਦ ਪੱਕੇ ਤੌਰ 'ਤੇ ਸ਼ਾਮਿਲ ਹੋ ਗਿਆ, ਸ਼ੂਗਰ ਯਾਨੀ ਕਿ ਮਧੂਮੇਹ ਦੀ ਬਿਮਾਰੀ ਵੀ ਕਹਿੰਦੇ ਆ, ਡਾਇਬਟੀਜ਼। ਇਹ ਸ਼ਬਦ ਜਿਹੜਾ ਅਸੀਂ ਆਮ ਹੀ ਸੁਣਦੇ ਰਹਿੰਦੇ ਹਾਂ ਆਪਣੇ ਮਿੱਤਰਾਂ ਤੋਂ, ਯਾਰਾਂ ਦੋਸਤਾਂ ਤੋਂ, ਰਿਸ਼ਤੇਦਾਰਾਂ ਤੋਂ, ਆਸੇ ਪਾਸੇ ਵਿਚਰਦੇ ਲੋਕਾਂ ਤੋਂ। ਕਿਸੇ ਨਾ ਕਿਸੇ ਨੂੰ ਬਿਮਾਰੀ ਹੁੰਦੀ ਹੈ, ਪਰ ਇਹ ਬਿਮਾਰੀ ਹੈ ਕੀ, ਇਹਦੇ ਬਾਰੇ ਗੱਲ ਕਰਨ ਲਈ ਅੱਜ ਮੇਰੇ ਨਾਲ ਜੋ ਮਾਹਿਰ ਮਹਿਮਾਨ ਹਾਜ਼ਰ ਹੋਏ ਨੇ, ਆਯੁਰਵੇਦ ਦੇ ਮਾਹਿਰ ਨੇ, ਭਾਰਤ ਵਿੱਚ ਬਹੁਤ ਵਧੀਆ ਪ੍ਰੈਕਟਿਸ ਕਰਦੇ ਸੀ, ਹੁਣ ਉਹ ਕੈਨੇਡਾ ਵਿੱਚ ਸ਼ਿਫਟ ਹੋ ਚੁੱਕੇ ਨੇ, ਮੇਰੇ ਨਾਲ ਨੇ ਡਾਕਟਰ ਹਰੀਸ਼ ਵਰਮਾ ਜੀ। ਡਾਕਟਰ ਸਾਹਿਬ, ਸਵਾਗਤ ਤੁਹਾਡਾ ਜੀ। ਥੈਂਕ ਯੂ ਜੀ, ਔਰ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਡਾਕਟਰ ਸਾਹਿਬ ਬਾਰੇ ਮੈਂ ਅੱਗੇ ਦੱਸਾਂ ਤੁਹਾਨੂੰ, ਜਾਂ ਡਾਕਟਰ ਸਾਹਿਬ ਕੋਲੋਂ ਸ਼ੂਗਰ ਬਿਮਾਰੀ ਬਾਰੇ ਪੁੱਛਾਂ, ਪਹਿਲਾਂ ਡਾਕਟਰ ਸਾਹਿਬ ਤੁਸੀਂ, ਕਿਉਂਕਿ ਜਿਹੜੇ ਦਰਸ਼ਕ ਸਾਡੇ ਨਾਲ ਹੁਣ ਜੁੜੇ ਆ ਪਹਿਲਾਂ ਤੋਂ ਜੁੜੇ ਆ, ਉਹ ਤੁਹਾਨੂੰ ਚੰਗੀ ਤਰ੍ਹਾਂ ਜਾਣਦੇ ਆ। ਜੀ ਜੀ, ਆਪਣੇ ਬਾਰੇ ਜਾਣਕਾਰੀ ਦਿਓ, ਉਸ ਤੋਂ ਬਾਅਦ ਅਸੀਂ ਗੱਲਬਾਤ ਅੱਗੇ ਵਧਾਉਂਦੇ ਹਾਂ। ਮੈਂ ਜੀ ਇੱਕ ਆਯੁਰਵੇਦਿਕ ਡਾਕਟਰ ਹੈ, ਔਰ ਮੈਂ ਆਪਣੀ BMS ਦੀ ਡਿਗਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਕੀਤੀ, ਅਤੇ ਮੈਂ ਉੱਥੇ ਗੋਲਡ ਮੈਡਲਿਸਟ ਰਿਹਾ। ਅੱਜ ਕੱਲ੍ਹ ਮੈਂ ਕੈਨੇਡਾ ਦੇ ਵਿੱਚ ਬਰੈਂਪਟਨ ਦੇ ਵਿੱਚ ਮੈਂ ਪ੍ਰੈਕਟਿਸ ਕਰ ਰਿਹਾ ਆਯੁਰਵੇਦਿਕ। ਭਾਰਤ ਦੇ ਵਿੱਚ ਜਿਹੜਾ ਮੇਰਾ ਇਤਿਹਾਸ ਹੈ, ਮੈਂ ਉੱਥੇ ਸੈਲੀਬ੍ਰਿਟੀਜ਼ ਦਾ ਡਾਕਟਰ ਵੀ ਰਿਹਾ, ਬਹੁਤ ਸਾਰੇ ਸੈਲੀਬ੍ਰਿਟੀਜ਼, ਕਈ ਫਿਲਮ ਇੰਡਸਟਰੀ ਦੀਆਂ ਹਸਤੀਆਂ, ਇਨਕਲੂਡਿੰਗ BR ਚੋਪੜਾ ਦੀ ਫੈਮਿਲੀ, ਜਾਂ ਫਿਰ ਸ਼ਤਰੂਘਨ ਸਿਨਹਾ, ਵਿਨੋਦ ਖੰਨਾ ਜੀ ਮੇਰੇ ਪੇਸ਼ੈਂਟ ਸੀ, ਔਰ ਗੁਰਦਾਸ ਮਾਨ ਜੀ, ਇਸ ਤਰ੍ਹਾਂ ਬਹੁਤ ਸਾਰੇ ਲੋਕ ਫਿਲਮ ਇੰਡਸਟਰੀ ਤੋਂ, ਜਾਂ ਫਿਰ ਪੋਲੀਟਿਕਸ ਦੇ ਵਿੱਚੋਂ। ਮੈਂ ਭਾਰਤ ਦੇ ਜਿਹੜੇ ਰਾਸ਼ਟਰਪਤੀ ਸੀ ਸ਼੍ਰੀ ਸ਼ੰਕਰ ਦਿਆਲ ਸ਼ਰਮਾ ਜੀ, ਮੈਂ ਇਹਨਾਂ ਦਾ ਵੀ ਇਲਾਜ ਕਰਦਾ ਰਿਹਾ, ਸੋ ਇਸ ਕਰਕੇ ਕਾਫੀ ਬੜੀਆਂ ਬੜੀਆਂ ਹਸਤੀਆਂ ਦਾ ਇਲਾਜ ਕਰਨ ਦਾ ਮੌਕਾ ਮੈਨੂੰ ਮਿਲਿਆ ਜੀ। ਡਾਕਟਰ ਸਾਹਿਬ ਕੋਲੋਂ ਉਹਨਾਂ ਬਾਰੇ ਪੁੱਛੋ, ਕਿਉਂਕਿ ਮੈਂ ਤਾਂ ਜਾਣਦਾ, ਮੈਂ ਕਾਫੀ ਪ੍ਰੋਗਰਾਮ ਪਹਿਲੇ ਵੀ ਕੀਤੇ ਹੋਏ ਡਾਕਟਰ ਸਾਹਿਬ ਦੇ ਨਾਲ, ਜੋ ਦਰਸ਼ਕ ਸਾਡੇ ਨਾਲ ਨਵੇਂ ਜੁੜੇ ਆ ਉਹਨਾਂ ਨੂੰ ਇਸ ਦੱਸਣ ਵਾਸਤੇ ਕਿ ਅਸੀਂ ਤੁਹਾਡੇ ਤੱਕ ਕਿੰਨਾ ਯੋਗ ਲੋਕਾਂ ਨੂੰ ਲੈ ਕੇ ਆਉਂਦੇ ਹਾਂ, ਕਿੰਨਾ ਮਾਹਿਰਾਂ ਨੂੰ ਲੈ ਕੇ ਆਉਂਦੇ ਹਾਂ। ਡਾਕਟਰ ਸਾਹਿਬ, ਹੁਣ ਅਸੀਂ ਗੱਲ ਕਰਦੇ ਹਾਂ ਸ਼ੂਗਰ ਬਾਰੇ। ਜੀ ਜੀ, ਇਹ ਸ਼ਬਦ ਜਿਹੜਾ ਸਾਡੇ ਆਮ ਬੋਲਚਾਲ ਦੇ ਵਿੱਚ, ਜੀਵਨ ਦੇ ਵਿੱਚ ਇਸ ਤਰ੍ਹਾਂ ਹੁਣ ਸ਼ਾਮਿਲ ਹੋ ਗਿਆ, ਲੱਗਦਾ ਕਿ ਬਿਮਾਰੀ ਜਿਵੇਂ ਹਰੇਕ ਘਰ ਦੀ ਬਿਮਾਰੀ ਬਣ ਕੇ ਰਹਿ ਗਈ। ਜੀ, ਅਸਲ 'ਚ ਸ਼ੂਗਰ ਹੁੰਦੀ ਕੀ ਹੈ ਅਤੇ ਕਿਉਂ ਹੁੰਦੀ ਹੈ? ਦੇਖੋ, ਸ਼ੂਗਰ ਜਿਹੜੀ ਬਿਮਾਰੀ ਹੈ, ਇਹਨੂੰ ਅਸੀਂ ਮੈਡੀਕਲ ਟਰਮਸ ਦੇ ਵਿੱਚ ਡਾਇਬਿਟੀਜ਼ ਮੇਲਾਈਟਿਸ ਕਹਿੰਦੇ ਹਾਂ। ਸੋ ਡਾਇਬਿਟੀਜ਼ ਮੇਲਾਈਟਿਸ ਜਿਹੜੀ ਹੈ, ਇਹਦਾ ਕਾਰਨ ਹੁੰਦਾ ਸਾਡੇ ਬਾਡੀ ਦੇ ਵਿੱਚ ਇੱਕ ਪੇਟ ਦੇ ਵਿੱਚ ਔਰਗਨ ਹੁੰਦਾ ਪੈਨਕ੍ਰੀਆਸ। ਪੈਨਕ੍ਰੀਆਸ ਦੇ ਵਿੱਚ ਅੱਗੇ ਸੈਲਸ ਹੁੰਦੇ ਨੇ, ਬੀਟਾ ਸੈਲਸ ਆਫ ਲੈਂਗਰਹੈਂਸ, ਜਿਹੜੇ ਇਨਸੁਲਿਨ ਨਾਮਕ ਹਾਰਮੋਨ ਬਣਾਉਂਦੇ ਆ। ਇਨਸੁਲਿਨ ਦਾ ਰੋਲ ਹੁੰਦਾ ਕਿ ਸਾਡੇ ਬਲੱਡ ਦੇ ਵਿੱਚ ਜਿਹੜੀ ਗਲੂਕੋਜ਼ ਹੈ ਉਹਨੂੰ ਬਰਨ ਕਰਦੀ ਹੈ ਇਨਸੁਲਿਨ, ਲੇਕਿਨ ਜੇ ਇਨਸੁਲਿਨ ਘੱਟ ਬਣੇ ਤਾਂ ਗਲੂਕੋਜ਼ ਬਰਨ ਨਹੀਂ ਹੁੰਦੀ, ਜਿਹਦੇ ਨਾਲ ਗਲੂਕੋਜ਼ ਦਾ ਲੈਵਲ ਬਲੱਡ 'ਚ ਵੱਧਦਾ ਚਲੇ ਜਾਂਦਾ। ਜਦੋਂ ਗਲੂਕੋਜ਼ ਦਾ ਲੈਵਲ ਵੱਧ ਜਾਂਦਾ, ਇਹ ਪਿਸ਼ਾਬ 'ਚ ਛਣ ਕੇ ਆਉਣੀ ਬਾਹਰ ਸ਼ੁਰੂ ਹੋ ਜਾਂਦੀ ਹੈ। ਸੋ ਪੇਸ਼ੈਂਟ ਨੂੰ ਪਹਿਲਾ ਲੱਛਣ ਮਰੀਜ਼ ਨੂੰ ਸ਼ੁਰੂ ਹੁੰਦਾ ਥਕਾਵਟ ਜਾਂ ਫੈਟੀਕ, ਯਾਨੀ ਥਕਾਵਟ ਰਹਿਣ ਲੱਗ ਜਾਂਦੀ ਹੈ। ਦੂਸਰਾ ਲੱਛਣ, ਪੇਸ਼ੈਂਟ ਨੂੰ ਵਾਰ ਵਾਰ ਯੂਰਿਨ ਆਉਣਾ ਸ਼ੁਰੂ ਹੋ ਜਾਂਦਾ। ਫਿਰ ਜਦੋਂ ਜ਼ਿਆਦਾ ਯੂਰਿਨ ਆਉਂਦਾ, ਉਹਨੂੰ ਪਿਆਸ ਜ਼ਿਆਦਾ ਲੱਗਣ ਲੱਗ ਜਾਂਦੀ ਹੈ, ਪਿਆਸ ਲੱਗਦੀ ਹੈ ਅਤੇ ਨਾਲ ਉਹਨੂੰ ਭੁੱਖ ਜ਼ਿਆਦਾ ਲੱਗਦੀ ਹੈ। ਸੋ ਪੋਲੀ ਯੂਰੀਆ, ਪੋਲੀ ਡਿਪਸੀਆ, ਪੋਲੀਫੇਜੀਆ, ਤਿੰਨ ਲੱਛਣ ਇਹ ਪਹਿਲਾਂ ਹੁੰਦੇ ਨੇ। ਚੌਥਾ ਥਕਾਵਟ, ਜੇ ਬਿਮਾਰੀ ਹੋਰ ਪੁਰਾਣੀ ਹੋ ਜਾਵੇ ਫਿਰ ਪੇਸ਼ੈਂਟ ਨੂੰ ਕਈ ਵਾਰ ਖਾਰਿਸ਼ ਸ਼ੁਰੂ ਹੋ ਜਾਂਦੀ ਹੈ, ਜੈਨੀਟਲ ਔਰਗਨ 'ਤੇ ਖਾਰਿਸ਼ ਸ਼ੁਰੂ ਹੋ ਜਾਂਦੀ ਹੈ। ਪੇਸ਼ੈਂਟ ਨੂੰ ਅੱਖਾਂ ਤੋਂ ਚੌਲਾ ਚੌਲਾ ਦਿਖਦਾ, ਬਲੱਡ ਵਿਜ਼ਨ ਹੁੰਦਾ। ਸੋ ਇਸ ਤਰ੍ਹਾਂ ਦੇ ਲੱਛਣ ਲੈ ਕੇ ਜਦੋਂ ਮਰੀਜ਼ ਡਾਕਟਰ ਕੋਲ ਜਾਂਦੇ ਨੇ, ਆਮ ਤੌਰ 'ਤੇ ਮੈਡੀਕਲ ਡਾਕਟਰ ਉਹਨਾਂ ਦਾ ਇੱਕ ਬਲੱਡ ਸ਼ੂਗਰ ਦਾ ਟੈਸਟ ਕਰਾਉਂਦੇ ਨੇ। ਉਹ ਚਾਹੇ ਤਾਂ ਉਹ ਜੇ ਤਿੰਨ ਤਰ੍ਹਾਂ ਦੇ ਟੈਸਟ ਹੁੰਦੇ ਨੇ, ਇੱਕ ਤਾਂ ਖਾਲੀ ਪੇਟ ਹੁੰਦੇ ਨੇ ਬਲੱਡ ਸ਼ੂਗਰ ਦਾ ਟੈਸਟ, ਇੱਕ ਖਾਣਾ ਖਾਣ ਤੋਂ 2 ਘੰਟੇ ਬਾਅਦ ਜਿਹਨੂੰ ਅਸੀਂ ਪੋਸਟ ਬ੍ਰੈਂਡੀਅਲ ਬਲੱਡ ਸ਼ੂਗਰ ਕਹਿੰਦੇ ਹਾਂ, ਜਾਂ ਫਿਰ ਇੱਕ 3 ਮਹੀਨੇ ਦੀ ਇਕੱਠੀ ਸ਼ੂਗਰ ਹੁੰਦੀ ਹੈ, ਗਲਾਈਕੋਸਿਲੇਟਡ ਹੀਮੋਗਲੋਬਿਨ, HbA1c ਜਿਹਨੂੰ ਕਹਿੰਦੇ ਹਾਂ ਅਸੀਂ। ਇਹ ਤਿੰਨੇ ਟੈਸਟ ਕਰਕੇ ਕਨਫਰਮ ਹੋ ਜਾਂਦਾ ਵੀ ਪੇਸ਼ੈਂਟ ਨੂੰ ਡਾਇਬਿਟੀਜ਼ ਹੈ ਜਾਂ ਨਹੀਂ ਹੈ। ਜਦੋਂ ਇਹ ਕਨਫਰਮ ਹੋ ਜਾਵੇ ਵੀ ਡਾਇਬਿਟੀਜ਼ ਹੈ, ਉਹ ਤੋਂ ਫਿਰ ਅੱਗੇ
ਉਹਦੇ ਉਹਦੀ ਛਾਣਬੀਨ ਕਰਨੀ ਪੈਂਦੀ ਹੈ ਕਿਉਂਕਿ ਡਾਇਬੀਟੀਜ਼ ਦੀਆਂ ਕੁਛ ਟਾਈਪਸ ਵੀ ਹੁੰਦੀਆਂ। ਅੱਛਾ ਜੀ, ਇਹ ਕਿੰਨੀਆਂ ਟਾਈਪ ਦੇ ਹੁੰਦੀ ਹੈ ਸ਼ੂਗਰ, ਕਿਉਂਕਿ ਸ਼ੂਗਰ ਆਮ ਲੋਕਾਂ ਨੂੰ ਤਾਂ ਇੱਕੋ ਸ਼ਬਦ ਪਤਾ ਕਿ ਸ਼ੂਗਰ ਹੈ, ਕਿੰਨੇ ਟਾਈਪ ਦੀ ਹੁੰਦੀ ਹੈ ਅਤੇ ਉਹਦੇ ਫਿਰ ਅਸਰ ਕਿੰਨਾ ਕੁ ਹੁੰਦਾ ਉਹਨਾਂ ਦਾ? ਦੇਖੋ, ਅਸੀਂ ਆਮ ਤੌਰ 'ਤੇ ਇਹਨੂੰ ਤਿੰਨ ਤਰ੍ਹਾਂ ਦੀ ਮੰਨ ਲੈਂਦੇ ਹਾਂ। ਇਹਨੂੰ ਕਹਿੰਦੇ ਟਾਈਪ 1 ਡਾਇਬੀਟੀਜ਼ ਮਲਾਈਟਿਸ, ਟਾਈਪ 2 ਡਾਇਬੀਟੀਜ਼ ਮਲਾਈਟਿਸ ਜਾਂ ਫਿਰ ਜੈਸਟੇਸ਼ਨਲ ਡਾਇਬੀਟੀਜ਼ ਮਲਾਈਟਿਸ। ਜੈਸਟੇਸ਼ਨਲ ਡਾਇਬੀਟੀਜ਼ ਮਲਾਈਟਿਸ ਦਾ ਤਾਂ ਭਾਵ ਇੰਨਾ ਹੀ ਹੈ ਕਿ ਜਿਹੜੀਆਂ ਪ੍ਰੈਗਨੈਂਟ ਵਿਮੈਨ ਹੁੰਦੀਆਂ ਨੇ ਉਹਨਾਂ ਨੂੰ ਹੋ ਜਾਂਦੀ ਹੈ ਡਾਇਬੀਟੀਜ਼ ਮਲਾਈਟਿਸ, ਔਰ ਡਿਲੀਵਰੀ ਤੋਂ ਬਾਅਦ ਉਹ ਆਪਣੇ ਆਪ ਠੀਕ ਹੋ ਜਾਂਦੀ ਹੈ। ਆਮ ਤੌਰ 'ਤੇ 70-80% ਔਰਤਾਂ ਨੂੰ ਜਿਹੜੀ ਇਹ ਡਿਲੀਵਰੀ ਦੇ ਦੌਰਾਨ ਪ੍ਰੈਗਨੈਂਸੀ ਦੇ ਦੌਰਾਨ ਹੁੰਦੀ ਹੈ, ਉਹ ਸ਼ੂਗਰ ਠੀਕ ਹੋ ਜਾਂਦੀ ਹੈ ਔਰ ਕੋਈ ਜ਼ਿਆਦਾ ਦਿੱਕਤ ਨਹੀਂ ਹੁੰਦੀ। ਲੇਕਿਨ ਜਿਹੜੀ ਟਾਈਪ 1 ਡਾਇਬੀਟੀਜ਼ ਮਲਾਈਟਿਸ ਹੈ, ਇਹ ਇੱਕ ਆਟੋ ਇਮਿਊਨ ਡਿਜ਼ੀਜ਼ ਹੈ। ਅੱਛਾ ਜੀ, ਆਟੋ ਇਮਿਊਨ ਦਾ ਭਾਵ ਹੁੰਦਾ ਹੈ ਕਿ ਪੇਸ਼ੈਂਟ ਦੇ ਬਲੱਡ ਦੇ ਵਿੱਚ ਕੁਛ ਇਸ ਤਰ੍ਹਾਂ ਦੀਆਂ ਐਂਟੀਬੋਡੀਜ਼ ਬਣ ਜਾਂਦੀਆਂ ਜਿਹੜੀਆਂ ਪੈਨਕ੍ਰੀਆਸ ਦੇ ਬੀਟਾ ਸੈਲਸ ਨੂੰ ਜਾ ਕੇ ਡੈਮੇਜ ਕਰਦੀਆਂ ਜੀ। ਉਹ ਕਿਉਂ ਬਣਦੀਆਂ, ਇਹਦੇ 'ਤੇ ਬਹੁਤ ਵੱਡੀ ਰਿਸਰਚ ਹੋ ਰਹੀ ਹੈ। ਔਰ ਜਿਹੜਾ ਜਦੋਂ ਪੇਸ਼ੈਂਟ ਦੇ ਬਲੱਡ 'ਚ ਬਣ ਗਿਆ ਐਂਟੀਬੋਡੀਜ਼, ਉਹਦੇ ਬੀਟਾ ਸੈਲਸ ਉਹਦੇ ਕੰਮ ਕਰਨਾ ਹੀ ਬੰਦ ਕਰ ਦਿੰਦੇ ਨੇ, ਡੈਮੇਜ ਹੋ ਜਾਂਦੇ ਨੇ, ਔਰ ਪੇਸ਼ੈਂਟ ਦੇ ਇਨਸੁਲਿਨ ਬਣਦੀ ਹੋਈ ਨਹੀਂ। ਜਦੋਂ ਇਨਸੁਲਿਨ ਬਣਦੀ ਨਹੀਂ ਹੈ ਤਾਂ ਪੇਸ਼ੈਂਟ ਦਾ ਤੈਅ ਹੋ ਜਾਂਦਾ ਕਿ ਇਹ ਇਨਸੁਲਿਨ ਡਿਪੈਂਡੈਂਟ ਹੈ। ਇਸ ਕਰਕੇ ਟਾਈਪ 1 ਡਾਇਬੀਟੀਜ਼ ਨੂੰ ਅਸੀਂ ਇਨਸੁਲਿਨ ਡਿਪੈਂਡੈਂਟ ਡਾਇਬੀਟੀਜ਼ ਮਲਾਈਟਿਸ ਵੀ ਕਹਿ ਦਿੰਦੇ ਹਾਂ। ਅੱਛਾ ਜੀ, ਠੀਕ ਹੈ। ਔਰ ਦੂਸਰੀ ਟਾਈਪ ਹੈ ਟਾਈਪ 2 ਡਾਇਬੀਟੀਜ਼ ਮਲਾਈਟਿਸ, ਜਿਹੜੀ ਕਿ ਆਮ ਤੌਰ 'ਤੇ 40 ਸਾਲ ਦੇ ਉਮਰ ਤੋਂ ਬਾਅਦ ਦੇਖੀ ਜਾਂਦੀ ਹੈ, ਜਿਹੜੀ ਕਿ ਸਾਡੇ ਸਮਾਜ 'ਚ ਬੜੀ ਕਾਮਨ ਹੈ। ਇਹਦੇ 'ਚ ਪਹਿਲਾ ਕਾਰਨ ਤਾਂ ਹੈ ਵੀ ਇਹ ਕਿਤੇ ਨਾ ਕਿਤੇ ਇਨਹੈਰੀਟਿਡ ਹੁੰਦੀ ਹੈ, ਜੈਨੈਟਿਕ ਹੁੰਦੀ ਹੈ, ਮਤਲਬ ਸਾਡੇ ਜੀਨਸ ਦੇ ਵਿੱਚ ਹੀ ਉਹਦੇ ਜੀਨ ਆ ਜਾਂਦੇ ਨੇ ਸਾਡੀ ਬਾਡੀ 'ਚ ਵੀ ਪੇਸ਼ੈਂਟ ਨੇ ਡਾਇਬੀਟਿਕ ਹੋਣਾ ਹੀ ਹੁੰਦਾ ਉਹ। ਔਰ ਇਸ ਕਰਕੇ ਇਹੀ ਕਾਰਨ ਹੈ ਵੀ ਜਿਹੜਾ ਸਾਊਥ ਏਸ਼ੀਅਨ ਭਾਈਚਾਰਾ ਅਮਰੀਕਾ ਕਨੇਡਾ 'ਚ ਰਹਿੰਦਾ, ਉਹ ਜੈਨੈਟਿਕਲੀ ਪ੍ਰੋਨ ਹੈ ਡਾਇਬੀਟੀਜ਼ ਮਲਾਈਟਿਸ ਨੂੰ। ਅੱਛਾ ਜੀ, ਤਾਂ ਹੀ ਇਹਨੂੰ ਇੱਕ ਅੱਜ ਕੱਲ੍ਹ ਕਹਿ ਰਹੇ ਨੇ ਕਿ ਡਾਇਬੀਟੀਜ਼ ਜਿਹੜੀ ਹੈ ਇੱਕ ਸਾਇਲੈਂਟ ਐਪੀਡੈਮਿਕ ਦੇ ਤੌਰ 'ਤੇ, ਯਾਨੀ ਖਾਮੋਸ਼ ਮਹਾਂਮਾਰੀ ਦੇ ਤੌਰ 'ਤੇ ਸਾਡੇ ਸਮਾਜ 'ਚ ਫੈਲ ਰਹੀ ਹੈ। ਤੁਸੀਂ ਵੀ ਜ਼ਿਕਰ ਕੀਤਾ ਵੀ ਹਰ ਤੀਜਾ ਚੌਥਾ ਮਰੀਜ਼ ਡਾਇਬੀਟੀਜ਼ ਤੋਂ ਸਫ਼ਰ ਕਰ ਰਿਹਾ, ਇਹ ਕਿਉਂਕਿ ਜੈਨੈਟਿਕ ਕੰਪੋਨੈਂਟ ਦੇ 'ਚ ਹੁੰਦਾ ਹੈ। ਦੂਸਰਾ, ਲਾਈਫ ਸਟਾਈਲ, ਜਿਹੜੇ ਲੋਕਾਂ ਦੇ ਲਿਥਾਰਜਿਕ ਲਾਈਫ ਸਟਾਈਲ ਨੇ, ਬੈਠੇ ਰਹਿੰਦੇ ਨੇ ਜ਼ਿਆਦਾਤਰ, ਕੋਈ ਐਕਸਰਸਾਈਜ਼ ਨਹੀਂ, ਫਿਜ਼ੀਕਲ ਵਰਕ ਨਹੀਂ ਹੈ, ਮੈਂਟਲ ਟੈਨਸ਼ਨ ਜ਼ਿਆਦਾ, ਉਹਨਾਂ ਨੂੰ ਸਟ੍ਰੈਸ ਜ਼ਿਆਦਾ ਹੈ, ਉਹ ਲੋਕ ਇਹਦੇ ਤੋਂ ਜ਼ਿਆਦਾ ਪੀੜਿਤ ਨੇ। ਔਰ ਜਿਹਨਾਂ ਦਾ ਭਾਰ ਜ਼ਿਆਦਾ ਹੋਵੇ, ਜਿਹਨਾਂ ਦਾ ਵਜ਼ਨ ਜ਼ਿਆਦਾ ਹੋਵੇ, ਉਹਨਾਂ ਦਾ ਜਿਹਨਾਂ ਦਾ ਖਾਣ ਪੀਣ 'ਤੇ ਕੰਟਰੋਲ ਨਾ ਹੋਵੇ, ਉਹ ਵੀ ਇਹਦੇ ਤੋਂ ਸਫ਼ਰ ਕਰਨ ਦੇ ਆਮ ਤੌਰ 'ਤੇ ਵਿਕਟਿਮ ਬਣ ਜਾਂਦੇ ਨੇ। ਸੋ ਟਾਈਪ 2 ਡਾਇਬੀਟੀਜ਼ ਮਲਾਈਟਿਸ ਜਿਹੜੀ ਹੈ, ਇਹ 40 ਸਾਲ ਤੋਂ ਬਾਅਦ ਹੁੰਦੀ ਹੈ। ਜਿਹੜੀ ਟਾਈਪ 1 ਹੈ, ਇਹ ਇਨਸੁਲਿਨ ਡਿਪੈਂਡੈਂਟ ਡਾਇਬੀਟੀਜ਼ ਮਲਾਈਟਿਸ ਹੈ, ਬੱਚਿਆਂ 'ਚ ਬੜੀ ਕਾਮਨ ਹੈ। ਅੱਛਾ ਜੀ, ਛੋਟੇ ਬੱਚਿਆਂ 'ਚ, ਈਵਨ 1 ਸਾਲ ਦੇ ਬੱਚਿਆਂ ਨੂੰ ਵੀ ਹੋ ਜਾਂਦੀ ਹੈ, ਕਿਉਂਕਿ ਇਹ ਆਟੋ ਇਮਿਊਨ ਡਿਜ਼ੀਜ਼ ਹੈ। ਔਰ ਜਿਹੜੀ ਡਾਇਬੀਟੀਜ਼ ਮਲਾਈਟਿਸ ਟਾਈਪ 1 ਹੈ, ਇਹਦੇ 'ਚ ਆਮ ਤੌਰ 'ਤੇ ਮੈਂ ਜਿਵੇਂ ਦੱਸਿਆ ਵੀ ਇਨਸੁਲਿਨ ਬਣਦੀ ਨਹੀਂ, ਸੋ ਪੇਸ਼ੈਂਟ ਨੂੰ ਇਨਸੁਲਿਨ ਦੇ ਇੰਜੈਕਸ਼ਨਾਂ 'ਤੇ ਰਹਿਣਾ ਪੈਂਦਾ। ਪਰ ਅਸੀਂ ਇਹ ਦੇਖਿਆ ਵੀ ਜਿਹੜੇ ਕੁਛ ਬੜੀ ਉਮਰ ਦੇ ਲੋਕ ਨੇ, ਜਿਵੇਂ ਜਿਹੜੇ ਬੱਚੇ ਜਿਵੇਂ 20 ਸਾਲ ਦੀ ਉਮਰ ਹੈ, 25 ਸਾਲ ਦੀ, ਉਹਨਾਂ ਨੂੰ ਲੇਟ ਸਟੇਜ 'ਚ ਆ ਕੇ ਡਾਇਬੀਟੀਜ਼ ਹੋਈ, ਟਾਈਪ 1 ਡਾਇਬੀਟੀਜ਼, ਮੈਂ ਦੇਖਿਆ ਵੀ ਉੱਥੇ ਆਯੁਰਵੈਦਿਕ ਦਵਾਈਆਂ ਬੜਾ ਕੰਮ ਕਰਦੀਆਂ। ਅੱਛਾ ਜੀ, ਜਦੋਂ ਆਪਾਂ ਇਲਾਜ ਦੀ ਗੱਲ ਕਰਾਂਗੇ ਉਦੋਂ ਅਸੀਂ ਇਹਦਾ ਜ਼ਿਕਰ ਕਰਾਂਗੇ ਵੀ ਟਾਈਪ 1 ਨੂੰ ਅਸੀਂ ਆਯੁਰਵੈਦ ਦੇ ਵਿੱਚ ਕਿਸ ਤਰ੍ਹਾਂ ਠੀਕ ਕਰ ਸਕਦੇ ਹਾਂ, ਕਿਉਂਕਿ ਟਾਈਪ 1 ਦਾ ਜਿਹੜਾ ਇਲਾਜ ਹੈ, ਐਲੋਪੈਥੀ ਦਾ ਸਿਰਫ ਇਨਸੁਲਿਨ ਦਾ ਇੰਜੈਕਸ਼ਨ ਹੈ। ਠੀਕ ਹੈ ਜੀ, ਲੇਕਿਨ ਅਸੀਂ ਕਿਸ ਤਰ੍ਹਾਂ ਆਟੋਇਮਿਊਨ ਪ੍ਰੋਸੈਸ ਨੂੰ ਠੀਕ ਕਰ ਸਕਦੇ ਹਾਂ, ਕਿਵੇਂ ਉਹ ਪੇਸ਼ੈਂਟ ਇਹਦੇ ਇਸ ਬਿਮਾਰੀ ਤੋਂ ਬਾਹਰ ਆ ਸਕਦੇ ਨੇ, ਇਹਦੀ ਗੱਲਬਾਤ ਆਪਾਂ ਅੱਗੇ ਪ੍ਰੋਗਰਾਮ 'ਚ ਦੱਸਾਂਗੇ ਤੁਹਾਨੂੰ, ਕਿਉਂਕਿ ਇਹ ਬੜੀ ਮਹੱਤਵਪੂਰਨ ਜਾਣਕਾਰੀ ਹੈ। ਇਹਨੂੰ ਕੋਈ ਛੇੜ ਨਹੀਂ ਰਿਹਾ ਅੱਜ ਤੱਕ। ਉਹ ਲੋਕ ਇਹ ਸੋਚਦੇ ਨੇ ਵੀ ਜਿਹੜਾ ਇੱਕ ਵਾਰ ਇਨਸੁਲਿਨ 'ਤੇ ਲੱਗ ਗਿਆ ਸਾਰੀ ਉਮਰ ਇਨਸੁਲਿਨ 'ਤੇ ਰਹਿਣਾ, ਪਰ ਐਸਾ ਨਹੀਂ ਹੈ। ਅੱਛਾ ਜੀ, ਅਸੀਂ ਟਾਈਪ 1 ਦੇ ਵਿੱਚ ਜੇ ਆਟੋ ਇਮਿਊਨ ਫੈਕਟਰ ਨੂੰ, ਆਟੋ ਇਮਿਊਨ ਫਿਨੋਮੀਨਾ ਨੂੰ ਕਿਤੇ ਐਡਰੈਸ ਕਰ ਲਈਏ ਤਾਂ ਉਹ ਪੇਸ਼ੈਂਟ ਠੀਕ ਹੋ ਜਾਂਦੇ ਨੇ। ਬਿਲਕੁਲ ਠੀਕ। ਅੱਛਾ, ਹੁਣ ਜਦੋਂ ਮੰਨ ਲਓ ਇਹ ਹੋ ਗਿਆ, ਜਿੰਨੇ ਤੁਸੀਂ ਜਿੰਨੇ ਟਾਈਪ ਸਾਰੇ ਦੱਸੇ ਆ ਕਿ ਸ਼ੂਗਰ ਦੇ ਆਹ ਟਾਈਪ ਹੁੰਦੀਆਂ ਨੇ, ਸਰੀਰ ਦੇ ਤੁਸੀਂ ਬਾਹਰੀ ਅਸਰ 'ਤੇ ਦੱਸਤੇ, ਅੰਦਰੂਨੀ ਅਸਰ ਕੀ ਹੁੰਦੇ ਆ? ਦੇਖੋ, ਡਾਇਬੀਟੀਜ਼ ਮਲਾਈਟਿਸ ਨੋਰਮਲੀ ਜਿਵੇਂ ਇਹਦਾ ਜਦੋਂ ਅਸੀਂ ਟੈਸਟ ਕਰਦੇ ਹਾਂ, ਇਹਦਾ ਲੈਵਲ ਫਾਸਟਿੰਗ ਬਲੱਡ ਸ਼ੂਗਰ ਗਲੂਕੋਮੀਟਰ ਨਾਲ ਜਦੋਂ ਚੈੱਕ ਕਰੀਦਾ, ਫਾਸਟਿੰਗ ਬਲੱਡ ਸ਼ੂਗਰ ਲੈਵਲ ਜਿਹੜਾ ਹੈ ਉਹ 6 ਤੱਕ ਰਹਿਣਾ ਚਾਹੀਦਾ, ਕੈਨੇਡੀਅਨ ਜਿਹੜੇ ਮੀਟਰ ਨੇ ਉਹਦੇ ਹਿਸਾਬ ਨਾਲ ਜੀ।
ਇੰਡੀਆ ਦੇ ਵਿੱਚ ਉਹਦਾ ਲੈਵਲ ਅਲੱਗ ਹੈ। ਉਹਦੇ ਇੰਡੀਆ 'ਚ ਅਸੀਂ ਕਹਿੰਦੇ ਵੀ ਇਹ 80 to 120 ਤੱਕ ਰਹਿੰਦੀ ਹੈ ਜਾਂ 100 ਤੱਕ ਰਹਿੰਦੀ ਹੈ, ਮੈਨੂੰ ਹੁਣ ਭੁੱਲ ਗਿਆ ਇੰਡੀਆ ਲੈਵਲ ਕਿਆ ਹੈ। ਇੱਥੇ ਕੈਨੇਡਾ ਦੇ ਵਿੱਚ ਲੈਵਲ 6 ਹੈਗਾ, 6 ਤੱਕ ਹੈ ਤਾਂ ਪੇਸ਼ੈਂਟ ਜਿਹੜਾ ਹੈ ਉਹਦੀ ਡਾਇਬਿਟੀਜ਼ ਕੰਟਰੋਲ 'ਚ ਹੈ। ਠੀਕ ਹੈ, ਲੇਕਿਨ ਜੇ 6 ਤੋਂ ਉੱਪਰ 6.5, 7, 8 ਕਈਆਂ ਦੀ 15-20 ਤੱਕ ਵੀ ਚਲੇ ਜਾਂਦੀ ਹੈ, ਜਿੰਨਾ ਲੈਵਲ ਉੱਪਰ ਰਹੇਗਾ ਮਰੀਜ਼ ਦਾ ਉਨਾ ਉਹਦੇ 'ਚ ਕੰਪਲੀਕੇਸ਼ਨ ਹੋਣ ਦਾ ਖਤਰਾ ਵੱਧ ਜਾਂਦਾ। ਅੱਛਾ ਜੀ, ਡਾਇਬਿਟੀਜ਼ ਕਿਸੇ ਨਾ ਕਿਸੇ ਦੂਜੇ ਔਰਗਨ ਨੂੰ ਸਾਡੇ ਡੈਮੇਜ ਕਰਦੀ ਹੈ, ਔਰ ਡਾਇਬਿਟੀਜ਼ ਮਲਾਈਟਿਸ ਜਿੰਨੀ ਪੁਰਾਣੀ ਹੋ ਜਾਂਦੀ ਹੈ ਇਹਦਾ ਅਸਰ ਆਮ ਤੌਰ 'ਤੇ ਪਹਿਲਾ ਅਸਰ ਤਾਂ ਨਰਵਸ ਸਿਸਟਮ 'ਤੇ ਹੁੰਦਾ। ਇਹਦੀ ਕੰਪਲੀਕੇਸ਼ਨ 'ਚ ਨਿਊਰਾਈਟਿਸ ਹੋ ਜਾਂਦਾ, ਪੈਰੀਫੈਰਲ ਨਿਊਰਾਈਟਿਸ। ਪੈਰੀਫੈਰਲ ਨਿਊਰਾਈਟਿਸ ਦਾ ਮਤਲਬ ਹੁੰਦਾ ਜਿਹੜੀਆਂ ਨਰਵਸ ਜਿਹੜੀਆਂ ਸਾਡੇ ਬਾਹਰਲੇ ਏਰੀਏ 'ਚ ਨੇ, ਯਾਨੀ ਹੱਥਾਂ ਦੀਆਂ ਪੈਰਾਂ ਦੀਆਂ, ਉਹਨਾਂ 'ਤੇ ਇਹਦਾ ਅਸਰ ਆਮ ਤੌਰ 'ਤੇ ਦੇਖਣ ਨੂੰ ਮਿਲਦਾ। ਜਦੋਂ ਪੈਰਾਂ ਦੇ ਨਰਵਸ ਦੇ ਉੱਤੇ ਅਸਰ ਹੁੰਦਾ ਤਾਂ ਪੇਸ਼ੈਂਟ ਸਾਡੇ ਕੋਲ ਆਮ ਹੀ ਸ਼ਿਕਾਇਤ ਲੈ ਕੇ ਆਉਂਦੇ ਨੇ, ਡਾਇਬਿਟਿਕ ਮਰੀਜ਼, ਕਿ ਜੀ ਸਾਡੇ ਪੈਰ ਮੱਚਦੇ ਨੇ ਜੀ। ਇਹ ਆਮ ਸ਼ਿਕਾਇਤ ਹੁੰਦੀ ਹੈ। ਉਹ ਇੱਕ ਇਹਦਾ ਮਤਲਬ ਇਹ ਹੋ ਗਿਆ ਵੀ ਉਹ ਪੇਸ਼ੈਂਟ ਦੀ ਡਾਇਬਿਟੀਜ਼ ਜਿਹੜੀ ਹੈ ਕੰਟਰੋਲ 'ਚ ਨਹੀਂ ਹੈ, ਔਰ ਕੰਟਰੋਲ 'ਚ ਨਾ ਹੋਣ ਦੀ ਵਜ੍ਹਾ ਨਾਲ ਉਹ ਲੈਵਲ 2 'ਤੇ ਚਲੇ ਗਏ, ਉਹਨਾਂ ਦੀ ਕੰਪਲੀਕੇਸ਼ਨ ਆ ਗਈ, ਉਹਨਾਂ ਨੂੰ ਪੈਰੀਫੈਰਲ ਨਿਊਰਾਈਟਿਸ ਹੋ ਗਿਆ। ਸੋ ਪੈਰ ਮੱਚਣ ਦੀ ਤਕਲੀਫ ਤਾਂ ਹਟੇਗੀ, ਪਹਿਲਾਂ ਉਹਨਾਂ ਦਾ ਸ਼ੂਗਰ ਲੈਵਲ ਅਸੀਂ 6 ਤੱਕ ਲੈ ਕੇ ਆਈਏ, ਉਹਨੂੰ ਐਂਟੀ ਡਾਇਬਿਟਿਕ ਦਵਾਈਆਂ ਦੇਈਏ। ਔਰ ਬਹੁਤ ਸਾਰੇ ਮਰੀਜ਼ ਐਂਟੀ ਡਾਇਬਿਟਿਕ ਦਵਾਈਆਂ ਆਪਣੀਆਂ ਅੰਗਰੇਜ਼ੀ ਦਵਾਈਆਂ ਖਾਂਦੇ ਵੀ ਰਹਿੰਦੇ ਨੇ, ਪਰ ਅਨਫੋਰਚੁਨੇਟਲੀ ਕਈ ਵਾਰ ਦਵਾਈਆਂ ਦਾ ਅਸਰ ਨਹੀਂ ਹੁੰਦਾ, ਉਹਦੇ ਕਰਕੇ ਉਹਨਾਂ ਦੀ ਡਾਇਬਿਟੀਜ਼ ਕੰਟਰੋਲ 'ਚ ਨਹੀਂ ਆਉਂਦੀ। ਉੱਥੇ ਆਯੁਰਵੈਦਿਕ ਦਵਾਈਆਂ ਦਾ ਬੜਾ ਕਮਾਲ ਦਾ ਰੋਲ ਹੈ। ਠੀਕ ਹੈ, ਇਹਦੀ ਆਪਾਂ ਟ੍ਰੀਟਮੈਂਟ ਦੀ ਗੱਲ ਜਦੋਂ ਕਰਾਂਗੇ ਉਹਦੇ 'ਚ ਮੈਂ ਜ਼ਿਕਰ ਕਰੂੰਗਾ। ਸੋ ਜਿਹੜੀ ਇਹ ਪਹਿਲੀ ਕੰਪਲੀਕੇਸ਼ਨ ਸੀ ਨਿਊਰਾਈਟਿਸ ਦੇ ਉੱਤੇ, ਦੂਸਰੀ ਕੰਪਲੀਕੇਸ਼ਨ ਆਮ ਤੌਰ 'ਤੇ ਡਾਇਬਿਟਿਕ ਮਰੀਜ਼ਾਂ ਲਈ ਕਿਡਨੀ ਦੇ ਉੱਤੇ ਅਸਰ ਆ ਜਾਂਦਾ। ਅੱਛਾ ਜੀ, ਜਦੋਂ ਕਿਡਨੀਜ਼ ਜਿਹੜੀਆਂ ਨੇ ਉਹਨਾਂ 'ਤੇ ਡਾਇਬਿਟੀਜ਼ ਦਾ ਅਸਰ ਆ ਜਾਵੇ ਤਾਂ ਕਿਡਨੀ ਦਾ ਫੰਕਸ਼ਨ ਖਰਾਬ ਹੋ ਜਾਂਦਾ, ਔਰ ਰੀਨਲ ਫੇਲਿਓਰ ਹੋ ਜਾਂਦਾ, ਮਤਲਬ ਉੱਧਰ ਨੂੰ ਲੋਕ ਤੁਰਨ ਲੱਗ ਜਾਂਦੇ ਨੇ, ਜਿਹਨੂੰ ਅਸੀਂ ਡਾਇਬਿਟਿਕ ਨੈਫਰੋਪੈਥੀ ਕਹਿੰਦੇ ਹਾਂ। ਉਹਦਾ ਮਤਲਬ ਹੁੰਦਾ ਕਿ ਪੇਸ਼ੈਂਟ ਦੇ ਗੁਰਦੇ ਖਰਾਬ ਹੋਣ ਲੱਗ ਗਏ। ਅੱਛਾ ਜੀ, ਜਦੋਂ ਪੇਸ਼ੈਂਟ ਦੇ ਗੁਰਦੇ ਖਰਾਬ ਹੋਣ ਲੱਗ ਜਾਂਦੇ ਨੇ ਤਾਂ ਪੇਸ਼ੈਂਟ ਦਾ ਕ੍ਰੀਟਿਨਿਨ ਲੈਵਲ, ਬਲੱਡ 'ਚ ਇੱਕ ਕੈਮੀਕਲ ਹੁੰਦਾ ਕ੍ਰੀਟਿਨਿਨ, ਉਹਨੂੰ ਅਸੀਂ ਜਦੋਂ ਟੈਸਟ ਕਰਦੇ ਹਾਂ ਉਹਦਾ ਲੈਵਲ ਉੱਪਰ ਜਾਣ ਲੱਗ ਜਾਂਦਾ। ਅੱਛਾ ਜੀ, ਜਦੋਂ ਕ੍ਰੀਟਿਨਿਨ ਲੈਵਲ ਉੱਪਰ ਜਾਣ ਲੱਗ ਜਾਵੇ, ਜੇ ਕਿਤੇ 10 ਤੋਂ ਉੱਪਰ ਚਲੇ ਜਾਵੇ ਤਾਂ ਪੇਸ਼ੈਂਟ ਨੂੰ ਡਾਇਲਾਇਸਿਸ 'ਤੇ ਰੱਖਣਾ ਪੈਂਦਾ। ਅੱਛਾ ਜੀ, ਇਹ ਕਾਫੀ ਸੀਰੀਅਸ ਗੰਭੀਰ ਹੋ ਸਕਦੀ। ਹਾਂਜੀ ਹਾਂ। ਅੱਛਾ, ਇੱਕ ਜੇ ਸ਼ੁਰੂ ਦੇ ਵਿੱਚ ਪਤਾ ਲੱਗ ਜਾਵੇ ਕਿ ਹਾਂ ਕਿਸੇ ਨੂੰ ਵੀ ਇਹ ਸ਼ੂਗਰ ਜਿਹੜੀ ਉਹ ਬਿਮਾਰੀ ਹੋ ਗਈ ਲੱਗ ਗਈ, ਮੈਂ ਬਹੁਤ ਵਾਰ ਦੇਖਿਆ ਕਿ ਲੋਕ ਮਾਨਸਿਕ ਤੌਰ 'ਤੇ ਛੇਤੀ ਟੁੱਟ ਜਾਂਦੇ ਆ, ਕਿ ਤਣਾਅ ਜਿਹੜਾ ਜਦੋਂ ਟੈਨਸ਼ਨ ਜ਼ਿਆਦਾ ਲੈ ਜਾਂਦੇ ਆ, ਤਣਾਅ ਜਦੋਂ ਜ਼ਿਆਦਾ ਲੈਂਦੇ ਆ, ਕਿ ਉਹਦੇ ਨਾਲ ਵੀ ਇਹਦਾ ਲੈਵਲ ਵੱਧ ਹੈ? ਬਿਲਕੁਲ, ਉਸਨੂੰ ਕਿਵੇਂ ਰੋਕਿਆ ਜਾ ਸਕਦਾ ਫਿਰ? ਦੇਖੋ, ਜਿਹੜੀ ਡਾਇਬਿਟੀਜ਼ ਹੈ ਇਹਦੀ ਤਾਂ ਟੋਟਲ ਮੈਨੇਜਮੈਂਟ ਕਰਨੀ ਪੈਂਦੀ ਹੈ ਜੀ। ਇਹ ਜਿਹੜਾ ਮਤਲਬ ਇਹ 'ਚ ਅਸੀਂ ਇੱਕ ਤਾਂ ਡਾਇਟਸ ਦੇ ਉੱਤੇ ਖਿਆਲ ਰੱਖਣਾ ਹੁੰਦਾ, ਲਾਈਫ ਸਟਾਈਲ 'ਤੇ ਖਿਆਲ ਰੱਖਣਾ ਹੁੰਦਾ, ਔਰ ਤੀਸਰਾ ਜਿਹੜੀ ਤੁਸੀਂ ਤਣਾਅ ਦੀ ਗੱਲ ਕੀਤੀ ਹੈ, ਮੈਂਟਲ ਸਟ੍ਰੈਸ, ਇਹਦੇ 'ਤੇ ਖਿਆਲ ਰੱਖਣਾ। ਸੋ ਤਿੰਨਾਂ ਨੂੰ ਕਲੱਬ ਕਰਕੇ ਅਸੀਂ ਮੈਨੇਜ ਕਰਨਾ ਤਾਂ ਮੈਨੇਜ ਹੁੰਦੀ ਹੈ। ਡਾਇਟ ਦੇ ਵਿੱਚ ਪੇਸ਼ੈਂਟ ਦੇ ਇੱਕ ਤਾਂ ਮਿੱਠੇ ਵਾਲੀਆਂ ਚੀਜ਼ਾਂ ਸਾਰੀਆਂ ਬੰਦ ਕਰਨੀਆਂ ਪੈਂਦੀਆਂ, ਉਹ 'ਚ ਚੀਨੀ, ਗੁੜ, ਸ਼ੱਕਰ ਸਾਰਾ ਕੁਛ ਆ ਜਾਂਦਾ। ਸਾਡੇ ਕੋਲ ਬਹੁਤ ਸਾਰੇ ਮਰੀਜ਼ ਆਉਂਦੇ ਨੇ ਜਿਹੜੇ ਕਹਿੰਦੇ ਨੇ ਜੀ ਅਸੀਂ ਚੀਨੀ ਨਹੀਂ ਖਾਂਦੇ, ਅਸੀਂ ਚਾਹ 'ਚ ਗੁੜ ਪਾ ਲੈਂਦੇ ਹਾਂ ਜੀ। ਉਹ ਇਕੁਅਲੀ ਇਫੈਕਟਿਵ ਹੈ। ਅੱਛਾ ਜੀ, ਉਹ ਚਾਹੇ ਚੀਨੀ ਖਾਓ ਚਾਹੇ ਗੁੜ ਖਾਓ, ਉਹਦਾ ਦੋਨਾਂ ਦਾ ਇੱਕੋ ਹੀ ਅਸਰ ਹੈ। ਅੱਛਾ ਜੀ, ਨੰਬਰ 1। ਸੋ ਮਿੱਠੇ ਵਾਲੀਆਂ ਚੀਜ਼ਾਂ ਬੰਦ ਕਰਨੀਆਂ ਪੈਂਦੀਆਂ, ਦੂਸਰਾ ਚੋਕਲੇਟ ਵਗੈਰਾ, ਮਿਠਾਈਆਂ, ਇਹ ਬੰਦ ਕਰਨੀ ਹੈ, ਔਰ ਤੀਸਰਾ ਜਿਹੜਿਆਂ ਨੂੰ ਡਾਇਬਿਟੀਜ਼ ਮਲਾਈਟਿਸ ਹੈ ਉਹਨਾਂ ਨੂੰ ਆਮ ਤੌਰ 'ਤੇ ਅਸੀਂ ਚਾਵਲ, ਮਹਾਂ ਦੀ ਦਾਲ ਔਰ ਆਲੂ ਇਹ ਵੀ ਖਾਣ ਤੋਂ ਮਨਾ ਕਰਦੇ ਹਾਂ। ਜਿੱਥੇ ਤੱਕ ਲਾਈਫ ਸਟਾਈਲ ਦੀ ਗੱਲ ਹੈ, ਸੋ ਜਿਹਨਾਂ ਨੂੰ ਡਾਇਬਿਟੀਜ਼ ਮਲਾਈਟਿਸ ਹੈ ਉਹਨਾਂ ਨੂੰ ਲਾਈਫ ਸਟਾਈਲ 'ਚ ਅਸੀਂ ਇਹ ਅਕਸਰ ਇਹ ਕਹਿੰਦੇ ਵੀ ਇੱਕ ਤਾਂ ਉਹ ਆਪਣਾ ਫਿਜ਼ੀਕਲ ਵਰਕ ਵਧਾਉਣ, ਐਕਸਰਸਾਈਜ਼ ਜ਼ਿਆਦਾ ਕਰਨ, ਔਰ ਦੂਸਰਾ ਖਾਣਾ ਖਾਣ ਤੋਂ ਤੁਰੰਤ ਬਾਅਦ ਨਹੀਂ ਲੇਟਣਾ। ਅੱਛਾ ਜੀ, ਇਹ ਬੜੀ ਇੰਪੋਰਟੈਂਟ ਗੱਲ ਹੈ ਜਿਹਦੇ 'ਤੇ ਬਹੁਤੇ ਸਾਰੇ ਡਾਕਟਰ ਵੀ ਸਟ੍ਰੈਸ ਨਹੀਂ ਦਿੰਦੇ। ਅਸੀਂ ਇਹ ਦੇਖਿਆ ਵੀ ਜਿਹੜੇ ਲੋਕ ਖਾਣਾ ਖਾਂਦੇ ਹੀ ਬੈੱਡ 'ਤੇ ਚਲੇ ਜਾਂਦੇ ਨੇ ਉਹਨਾਂ ਦਾ ਸ਼ੂਗਰ ਲੈਵਲ ਅਪ ਹੋ ਜਾਂਦਾ। ਅੱਛਾ, ਕਿਉਂਕਿ ਕੈਲਰੀਜ਼ ਬਰਨ ਨਹੀਂ ਹੁੰਦੀਆਂ, ਸ਼ੂਗਰ ਬਰਨ ਨਹੀਂ ਹੁੰਦੀ। ਔਰ ਤੀਸਰਾ ਜਿਹੜਾ ਮਾਨਸਿਕ ਤਣਾਅ ਹੈ, ਖਾਸ ਕਰਕੇ ਇਹ ਡਾਇਬਿਟਿਕ ਮਰੀਜ਼ਾਂ ਲਈ ਬਹੁਤ ਇਹਤਿਆਤ ਵਰਤਣ ਕਿ ਉਹਨਾਂ ਨੂੰ ਗੁੱਸਾ ਨਹੀਂ ਆਉਣਾ ਚਾਹੀਦਾ। ਅੱਛਾ ਜੀ, ਜੇ ਉਹ ਗੁੱਸਾ ਕਰਦੇ ਨੇ ਸ਼ੂਗਰ ਲੈਵਲ ਉਹਨਾਂ ਦਾ ਅਪ ਚਲੇ ਜਾਏਗਾ। ਅੱਛਾ, ਇਹ ਤੁਸੀਂ ਪਹਿਲੀ ਵਾਰ ਗੱਲ ਦੱਸੀ ਜੀ, ਮੈਂ ਸੁਣੀ ਵੀ ਪਹਿਲੀ ਵਾਰ ਕਿ ਸ਼ੂਗਰ ਦਾ ਲੈਵਲ ਗੁੱਸੇ ਨਾਲ ਵੱਧ ਵੀ ਸਕਦਾ ਜੀ। ਡਾਕਟਰ ਸਾਹਿਬ, ਜੇ ਜਦੋਂ ਤੁਸੀਂ ਇਹ ਕਹਿ ਰਹੇ ਹੋ ਕਿ ਸਰੀਰਕ ਕਸਰਤ ਜਿਹੜੀ ਹੈ ਉਹ ਬਹੁਤ ਮਹੱਤਵਪੂਰਨ ਹੈ, ਜੇ ਤੁਹਾਨੂੰ ਸ਼ੂਗਰ ਹੋ ਗਈ ਤੁਸੀਂ ਕੰਟਰੋਲ ਕਰ ਸਕਦੇ ਹੋ, ਉਹਦੇ ਵਾਸਤੇ ਸੈਰ ਕਰਨੀ ਕਿੰਨੀ ਕੁ ਜ਼ਰੂਰੀ ਹੈ? ਕਿੰਨੀ ਸੈਰ ਕਰੇ ਜਾਂ ਕਿੰਨਾ ਕੁ ਸਾਈਕਲ ਚਲਾਵੇ, ਕਿੰਨਾ ਚਿਰ ਘੱਟੋ ਘੱਟ ਸਰੀਰ ਨੂੰ ਗਤੀਸ਼ੀਲ ਰੱਖੇ ਅਤੇ ਰੋਕਿਆ ਜਾ ਸਕਦਾ ਜਾਂ ਬਚਾਅ ਹੋ ਸਕਦਾ ਇਹ ਤੋਂ?
ਦੇਖੋ ਤੁਸੀਂ ਬਿਲਕੁਲ ਠੀਕ ਕਿਹਾ ਕਿ ਜਿਹੜੇ ਡਾਇਬਿਟਿਕ ਮਰੀਜ਼ ਨੇ ਇਹਨਾਂ 'ਚ ਬੈਸਟ ਐਕਸਰਸਾਈਜ਼ ਜਿਹੜੀ ਵਾਕਿੰਗ ਹੁੰਦੀ ਹੈ, ਸੈਰ ਕਰਨਾ ਬਹੁਤ ਜ਼ਰੂਰੀ ਹੈ ਉਹਨਾਂ ਲਈ। ਔਰ ਇਹਦੇ 'ਚ ਬੈਸਟ ਹੈਗਾ ਜਿਵੇਂ ਕਿਉਂਕਿ ਕੈਨੇਡਾ 'ਚ ਤੁਹਾਨੂੰ ਪਤਾ ਵੀ ਇੱਥੇ ਤਾਂ ਮੌਸਮ 6 ਮਹੀਨੇ ਠੰਡ ਰਹਿੰਦੀ ਹੈ ਬਹੁਤ ਜ਼ਿਆਦਾ, ਖਾਸ ਕਰਕੇ GTA ਏਰੀਏ 'ਚ, ਅਤੇ ਇੱਥੇ ਟ੍ਰੈਡਮਿਲ ਦੇ ਉੱਤੇ ਜਾ ਕੇ 1/2 ਘੰਟਾ ਘੱਟੋ ਘੱਟ ਵਾਕ ਕਰਨ, ਠੀਕ ਹੈ, ਔਰ ਬ੍ਰਿਸਕ ਵਾਕਿੰਗ ਹੋਵੇ ਹੋਰ ਵੀ ਵਧੀਆ, ਜਿਹਦੇ ਨਾਲ ਅਸੀਂ ਜਿੰਨੀਆਂ ਆਪਣੀਆਂ ਕੈਲਰੀਜ਼ ਬਰਨ ਕਰ ਸਕਦੇ ਹਾਂ ਉਹ ਐਕਸਲੈਂਟ ਹੈ। ਠੀਕ, ਔਰ ਅੱਜ ਕੱਲ੍ਹ ਜਿਵੇਂ ਮੌਸਮ ਵਧੀਆ ਹੈ ਤਾਂ ਬਾਹਰ ਗਾਰਡਨ 'ਚ ਜਾ ਕੇ ਵੀ ਸੈਰ ਹੋ ਸਕਦੀ ਹੈ। ਅੱਛਾ ਡਾਕਟਰ ਸਾਹਿਬ, ਜਿਵੇਂ ਤੁਸੀਂ ਕਹਿ ਰਹੇ ਸੀਗੇ ਇੱਕ ਉਹ ਜਿਹੜੇ ਲੱਛਣਾਂ ਦੇ ਵਿੱਚ ਕਹਿ ਰਹੇ ਸੀਗੇ ਪੈਰਾਂ ਦੇ ਵਿੱਚ ਸੇਕ ਨਿਕਲਣਾ ਜਾਂ ਬਾਰ ਬਾਰ ਪਿਆਸ ਲੱਗਣੀ ਜਾਂ ਬਾਰ ਬਾਰ ਪਿਸ਼ਾਬ ਲਈ ਜਾਣਾ, ਕੀ ਇਹ ਸ਼ੂਗਰ ਦੇ ਹੀ ਲੱਛਣ ਹੈ ਕਿ ਉੱਦਾਂ ਵੀ ਕੁਛ ਨੋਰਮਲ ਤਰੀਕੇ ਨਾਲ ਵੀ ਹੋ ਸਕਦੇ? ਕਈ ਵਾਰ ਲੋਕ ਨਾ ਲੱਛਣ ਸੁਣ ਕੇ ਡਰ ਜਾਂਦੇ ਆ, ਉਹਨਾਂ ਨੂੰ ਐਂ ਲੱਗਦਾ ਕਿ ਮੈਨੂੰ ਬਿਮਾਰੀ ਹੋ ਗਈ। ਨਹੀਂ ਇਹ, ਹਾਂਜੀ ਬਿਲਕੁਲ ਠੀਕ ਹੈਗਾ ਤੁਹਾਡੀ, ਪੈਰਾਂ ਦਾ ਮੱਚਣਾ ਇਹ ਬਿਮਾਰੀ ਦਾ ਨਾਂ ਹੈ ਪੈਰੀਫੇਰਲ ਨਿਊਰਾਇਟਿਸ ਜੀ। ਇਹ ਆਮ ਤੌਰ 'ਤੇ ਸ਼ੂਗਰ ਵਾਲਿਆਂ ਨੂੰ ਦੇਖਿਆ ਜਾਂਦਾ, ਪਰ ਇਹ ਇੰਡੀਪੈਂਡੈਂਟ ਬਿਮਾਰੀ ਵੀ ਹੋ ਸਕਦੀ ਹੈ ਜੀ। ਇਸ ਤਰ੍ਹਾਂ ਹੀ ਤੁਸੀਂ ਕਿਹਾ ਵੀ ਯੂਰਿਨ ਜਿਹੜਾ ਬਾਰ ਬਾਰ ਆਉਂਦਾ ਹੈ, ਉਹ ਜਿਹੜੇ ਯੂਰਿਨ ਬਾਰ ਬਾਰ ਆਉਂਦਾ ਹੈ ਇਹ ਵੀ ਕਈ ਬਿਮਾਰੀਆਂ ਦੇ ਵਿੱਚ ਆਉਣਾ ਸ਼ੁਰੂ ਹੋ ਜਾਂਦਾ ਹੈ, ਖਾਸ ਕਰਕੇ ਜਿਹੜੇ ਬਜ਼ੁਰਗ ਲੋਕ ਨੇ ਜਿਨ੍ਹਾਂ ਨੂੰ ਪ੍ਰੋਸਟੇਟ ਦੀ ਸ਼ਿਕਾਇਤ ਹੈ, ਜਿਨ੍ਹਾਂ ਦੇ ਗਰੂਦ ਵਧੇ ਹੁੰਦੇ ਨੇ, ਉਹਨਾਂ 'ਚ ਵੀ ਫ੍ਰੀਕੁਐਂਸੀ ਵੱਧ ਜਾਂਦੀ ਹੈ। ਸੋ ਇਹ ਪਹਿਲਾਂ ਤਾਂ ਇੱਥੋਂ ਜਾਂਚ ਕਰਨੀ ਪੈਂਦੀ ਹੈ ਵੀ ਮਰੀਜ਼ ਨੂੰ ਡਾਇਬੀਟੀਜ਼ ਹੈ ਜਾਂ ਨਹੀਂ ਹੈ। ਇਹਦਾ ਸਿੰਪਲ ਟੈਸਟ ਘਰ 'ਚ ਵੀ ਅੱਜ ਕੱਲ੍ਹ ਬਹੁਤ ਸਾਰੇ ਲੋਕਾਂ ਨੇ ਗਲੂਕੋਮੀਟਰ ਰੱਖੇ ਹੋਏ ਨੇ, ਬਲੱਡ ਨੂੰ ਚੈੱਕ ਕਰਨਾ ਹੈ ਗਲੂਕੋਜ਼ ਨੂੰ, ਜੇ ਲੈਵਲ 6 ਤੋਂ ਉੱਪਰ ਆ ਰਿਹਾ, 6.5 ਤੋਂ ਉੱਪਰ ਆ ਰਿਹਾ ਤਾਂ ਸਮਝੋ ਉਹਨੂੰ ਡਾਇਬਿਟੀਜ਼ ਹੈ। ਅੱਛਾ ਜੀ। ਅਤੇ ਜੇ ਉਹ 6 ਤੋਂ ਨੀਚੇ ਲੈਵਲ ਹੈ ਅਤੇ ਜੇ ਉਹਦੇ ਕਰਕੇ ਫਿਰ ਵੀ ਯੂਰਿਨ ਬਾਰ ਬਾਰ ਆ ਰਿਹਾ ਤਾਂ ਇਹਦਾ ਮਤਲਬ ਕੋਈ ਨਾ ਕੋਈ ਯੂਰਿਨ ਦਾ ਹੋਰ ਕੋਈ ਕਾਰਨ ਹੈ। ਕਈ ਵਾਰ ਸਿੰਪਲ ਯੂਰੀਨਰੀ ਇਨਫੈਕਸ਼ਨ ਦੇ ਵਿੱਚ ਵੀ ਯੂਰਿਨ ਬਾਰ ਬਾਰ ਆਉਣ ਲੱਗ ਜਾਂਦਾ। ਠੀਕ ਹੈ ਜੀ। ਅਤੇ ਹੁਣ ਕਿਉਂਕਿ ਬਿਮਾਰੀਆਂ ਬਾਰੇ, ਇਸ ਬਿਮਾਰੀ ਬਾਰੇ ਗੱਲ ਹੋ ਗਈ, ਉਹਦੇ ਲੱਛਣਾਂ ਬਾਰੇ ਗੱਲ ਹੋ ਗਈ, ਕਿਉਂਕਿ ਇਲਾਜ ਸਾਨੂੰ ਤਾਂ ਚਾਹੀਦਾ, ਇਲਾਜ ਇਲਾਜ ਕਿਵੇਂ ਸੰਭਵ ਹੈ ਆਯੁਰਵੇਦ ਦੇ ਵਿੱਚ, ਇਲਾਜ ਇਹਦਾ ਕਿਵੇਂ ਸੰਭਵ ਹੈ, ਅਤੇ ਐਲੋਪੈਥੀ ਨਾਲੋਂ ਤੁਸੀਂ ਆਯੁਰਵੇਦ ਦਾ ਇਲਾਜ ਨੂੰ ਕਿਵੇਂ ਬਿਹਤਰ ਮੰਨਦੇ ਹੋ ਜੀ? ਦੇਖੋ ਸ਼ੂਗਰ ਦੇ ਮਰੀਜ਼ਾਂ ਲਈ ਮੈਂ ਇੱਕ ਤਾਂ ਮੈਸੇਜ ਵੀ ਦੇਣਾ ਚਾਹੁੰਦਾ ਵੀ ਜਿਹੜੀ ਦਵਾਈ ਉਹਨਾਂ ਨੂੰ ਸੂਟ ਕਰਦੀ ਹੈ ਉਹ ਉਹਨਾਂ ਲਈ ਬੈਸਟ ਹੈ। ਠੀਕ ਹੈ ਜੀ। ਇਹ ਪਹਿਲਾ ਪ੍ਰਿੰਸੀਪਲ ਹੈ, ਚਾਹੇ ਉਹ ਐਲੋਪੈਥਿਕ ਦਵਾਈ ਹੈ, ਚਾਹੇ ਆਯੁਰਵੇਦਿਕ ਹੈ, ਚਾਹੇ ਹੋਮਿਓਪੈਥਿਕ ਹੈ, ਜੇ ਉਹਨਾਂ ਦਾ ਸ਼ੂਗਰ ਲੈਵਲ ਠੀਕ ਰਹਿ ਰਿਹਾ, ਐਜ ਲੌਂਗ ਐਜ਼ ਉਸ ਬਿਮਾਰੀ ਦੇ ਕੋਈ ਉਸ ਦਵਾਈ ਦੇ ਕੋਈ ਸਾਈਡ ਇਫੈਕਟ ਨਹੀਂ ਆਏ, ਤਾਂ ਇਹਦਾ ਮਤਲਬ ਉਹ ਦਵਾਈ ਉਹਨਾਂ ਨੂੰ ਸੂਟ ਕਰ ਰਹੀ ਹੈ, ਕਿਉਂਕਿ ਦਵਾਈ ਲੰਬੀ ਖਾਣੀ ਪੈਣੀ ਹੈ। ਠੀਕ ਹੈ। ਔਰ ਦੂਜੀ ਗੱਲ, ਜੇ ਐਲੋਪੈਥਿਕ ਦਵਾਈਆਂ, ਐਲੋਪੈਥੀ ਦੇ ਵਿੱਚ ਕਿਹਾ ਹੈ ਕਿ ਪੇਸ਼ੈਂਟ ਨੂੰ ਪਹਿਲਾਂ ਇੱਕ ਦਵਾਈ ਦਿੰਦੇ ਆ ਡਾਕਟਰ, ਉਹ ਦੇਖਦੇ ਵੀ ਇਹਦੇ ਨਾਲ ਵੀ ਕੰਟਰੋਲ ਨਹੀਂ ਹੋਈ, 2 ਦਵਾਈਆਂ, ਫਿਰ 3 ਦਵਾਈਆਂ, 4th ਦਵਾਈ, ਫਿਰ ਫਾਈਨਲੀ ਟੀਕਿਆਂ 'ਤੇ ਆ ਜਾਂਦੇ ਨੇ। ਠੀਕ ਹੈ। ਲੇਕਿਨ ਜੇ ਇੰਨੀਆਂ ਸਾਰੀਆਂ ਦਵਾਈਆਂ ਖਾਣੀਆਂ ਪੈ ਰਹੀਆਂ, ਉੱਥੇ ਬੈਸਟ ਹੈਗਾ ਕਿ ਤੁਸੀਂ ਆਯੁਰਵੇਦਿਕ ਡਾਕਟਰ ਨੂੰ ਕੰਸਲਟ ਕਰੋ, ਕਿਉਂਕਿ ਆਯੁਰਵੇਦ 'ਚ ਬਹੁਤ ਸਾਰੀਆਂ ਜੜੀ ਬੂਟੀਆਂ ਇਸ ਤਰ੍ਹਾਂ ਦੀਆਂ ਨੇ ਜਿਨ੍ਹਾਂ ਨੂੰ ਅਸੀਂ ਡਾਇਟ ਦੇ ਤੌਰ 'ਤੇ ਲੈਂਦੇ ਹਾਂ, ਜਿਵੇਂ ਇਹਦੇ 'ਚ ਹਲਦੀ ਬਹੁਤ ਕਮਾਲ ਦਾ ਕੰਮ ਕਰਦੀ ਹੈ, ਆਮਲਾ ਬਹੁਤ ਕਮਾਲ ਦਾ ਕੰਮ ਕਰਦਾ ਹੈ, ਕਰੇਲੇ ਬੜਾ ਕਮਾਲ ਦਾ ਕੰਮ ਕਰਦੇ ਨੇ, ਜਾਮਨ ਦੀਆਂ ਗੁਠਲੀਆਂ ਨੇ ਇਹ ਬਹੁਤ ਕਮਾਲ ਦਾ ਕੰਮ ਕਰਦੇ, ਈਵਨ ਤੁਲਸੀ ਦੇ ਪੱਤੇ, ਗਿਲੋ, ਇਹੋ ਜਿਹੀਆਂ ਜੜੀ ਬੂਟੀਆਂ ਨੇ ਜਿਨ੍ਹਾਂ ਨੂੰ ਅਸੀਂ ਸਾਲੋ ਸਾਲ ਲਗਾਤਾਰ ਇਸਤੇਮਾਲ ਕਰਦੇ ਰਹੀਏ, ਇਹਨਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ, ਬਲਕਿ ਇਹ ਜਿਹੜੀਆਂ ਜੜੀ ਬੂਟੀਆਂ ਜੈਨੂਅਨ, ਜੇ ਜੈਨੂਅਨ ਜੜੀ ਬੂਟੀਆਂ ਨੇ ਤਾਂ ਉਹ ਜਿਹੜੀਆਂ ਜੜੀ ਬੂਟੀਆਂ ਪੇਸ਼ੈਂਟ ਨੂੰ ਡਾਇਬਿਟੀਜ਼ ਦੀ ਕੰਪਲੀਕੇਸ਼ਨ ਤੋਂ ਵੀ ਬਚਾ ਕੇ ਰੱਖਦੀਆਂ। ਅੱਛਾ ਜੀ। ਅਸੀਂ ਇਹ ਦੇਖਿਆ ਜਿੰਨੇ ਮਰੀਜ਼ ਸਾਡੇ ਕੋਲ ਹੈਗੇ ਨੇ ਡਾਇਬਿਟੀਜ਼ ਦੇ, ਬਹੁਤ ਮਰੀਜ਼ ਨੇ, ਉਹਨਾਂ 'ਚ ਮੈਂ ਦੇਖਿਆ ਕਿਸੇ ਨੂੰ ਕੰਪਲੀਕੇਸ਼ਨ ਨਹੀਂ ਆਈ, ਬਿਕੋਜ਼ ਜਿਹੜੀਆਂ ਜੜੀ ਬੂਟੀਆਂ ਨੇ ਇਹਨਾਂ ਦੇ ਰਸਾਇਣ ਇਫੈਕਟ ਹੁੰਦੇ ਨੇ, ਰੀਜੂਬਿਨੇਟਿੰਗ ਇਫੈਕਟ ਹੁੰਦੇ ਨੇ, ਇਹ ਬੋਡੀ 'ਚ ਡੀਜਨਰੇਸ਼ਨ ਨਹੀਂ ਹੋਣ ਦਿੰਦੇ, ਕਿਉਂਕਿ ਡਾਇਬਿਟੀਜ਼ ਦਾ ਅਲਟੀਮੇਟਲੀ ਜਿਨ੍ਹਾਂ ਨੂੰ ਵੀ ਡਾਇਬਿਟੀਜ਼ ਹੈ, ਚਾਹੇ ਉਹ ਕੰਟਰੋਲਡ ਵੀ ਹੈ, ਫਾਈਨਲੀ ਇਟ ਐਂਡਸ ਇਨ ਟੂ ਡੀਜਨਰੇਟਿਵ ਡਿਸਆਰਡਰਸ, ਸਾਡੀ ਬੋਡੀ 'ਚ ਡੀਜਨਰੇਸ਼ਨ ਕਿਤੇ ਨਾ ਕਿਤੇ ਸ਼ੁਰੂ ਹੋ ਜਾਂਦੀ ਹੈ, ਚਾਹੇ ਉਹ ਬ੍ਰੇਨ 'ਚ ਹੋਵੇ, ਚਾਹੇ ਹਾਰਟ 'ਚ ਹੋਵੇ, ਚਾਹੇ ਲਿਵਰ 'ਚ ਹੋਵੇ, ਜਾਂ ਨਰਵਸ ਸਿਸਟਮ 'ਚ ਹੋਵੇ, ਉਹ ਜਦੋਂ ਡੀਜਨਰੇਸ਼ਨ ਹੋ ਗਈ ਉੱਥੇ ਫਿਰ ਉਹ ਦੂਜਾ ਰੋਗ ਡਿਵੈਲਪ ਹੋਣਾ ਸ਼ੁਰੂ ਹੋ ਜਾਂਦਾ। ਕੋਈ ਇਸ ਤਰ੍ਹਾਂ ਹੁੰਦਾ ਕਿ ਆਮ ਬਿਮਾਰੀਆਂ ਜ਼ਿਆਦਾਤਰ ਇਹੋ ਜਿਹੀਆਂ ਹੁੰਦੀਆਂ ਕਿ ਉਹਨਾਂ ਦਾ ਇਲਾਜ ਕਰੋ ਅਤੇ ਬਿਮਾਰੀ ਖਤਮ ਹੋ ਜਾਂਦੀ ਹੈ, ਸ਼ੂਗਰ ਖਤਮ ਕੀਤੀ ਜਾ ਸਕਦੀ ਹੈ ਕਿ ਇਹ ਜ਼ਿੰਦਗੀ ਭਰ ਫਿਰ ਨਾ ਚੱਲਦੀ ਹੈ ਜੀ? ਦੇਖੋ ਓਨੈਸਟਲੀ ਸ਼ੂਗਰ ਜਿਹੜੀ ਹੈ ਅਸੀਂ ਇਹਦੀ ਮੈਨੇਜਮੈਂਟ ਕਰਦੇ ਹਾਂ। ਅੱਛਾ ਜੀ। ਜੇ ਕੋਈ ਬੰਦਾ ਕਹਿੰਦਾ ਜੀ ਸ਼ੂਗਰ ਦੀ ਉਹ ਫਲਾਣੀ, ਜੇ ਮੈਂ ਦੇਸੀ ਦਵਾਈ ਲਿੱਤੀ ਮੈਨੂੰ ਤਾਂ ਪਰਮਾਨੈਂਟ, ਐਸਾ ਕਿਤੇ ਨਹੀਂ ਹੈ। ਅੱਛਾ ਜੀ। ਔਰ ਬਹੁਤ ਸਾਰੇ ਕਈ ਬੰਦੇ ਮੈਂ ਦੇਖੇ ਪੰਜਾਬ ਜਦੋਂ ਸੀਗਾ ਮੈਂ, ਉੱਥੇ ਲੋਕ ਉਹਨਾਂ ਨੇ ਐਡਵਰਟੀਜ਼ਮੈਂਟ ਕੀਤੀ ਹੋਈ ਹੈ ਕਿ ਜੀ ਅਸੀਂ ਸ਼ੂਗਰ ਦੀ ਐਸੀ ਦਵਾਈ ਦਿੰਦੇ ਹਾਂ ਤੁਸੀਂ ਜਲੇਬੀਆਂ ਖਾ ਸਕਦੇ ਹੋ। ਸ਼ੂਗਰ ਦਾ ਸ਼ਰਤੀਆ ਇਲਾਜ, ਸ਼ਰਤੀਆ ਇਲਾਜ। ਬਾਅਦ 'ਚ ਅਸੀਂ ਦੇਖਿਆ ਕਿ ਉਹ ਮਰੀਜ਼ਾਂ ਦੇ ਗੁਰਦੇ ਦੇ ਉੱਤੇ ਅਸਰ ਹੋਇਆ ਜੀ, ਉਹ ਇਸ ਕਰਕੇ ਉਹ
ਉਹ ਇੱਕ ਭੁਲੇਖਾ ਹੈ ਜੀ। ਸੋ ਬੈਸਟ ਹੈਗਾ ਕਿ ਤੁਸੀਂ ਆਪਣੇ ਮੈਡੀਕਲ ਡਾਕਟਰ ਤੋਂ ਆਪਣੀ ਚੈੱਕਅਪ ਵੀ ਕਰਾਉਂਦੇ ਰਹੋ। ਔਰ ਸ਼ੂਗਰ ਵਾਲੇ ਮਰੀਜ਼ਾਂ ਲਈ ਮੈਂ ਇੱਕ ਹੋਰ ਐਡਵਾਈਸ ਦਿੰਦਾ ਕਿ ਉਹਨਾਂ ਨੂੰ ਸਾਲ ਦੇ ਵਿੱਚ ਆਪਣਾ ਪੂਰਾ ਬਲੱਡ ਵਰਕ ਕਰਵਾ ਲੈਣਾ ਚਾਹੀਦਾ ਚੈੱਕ, ਠੀਕ ਹੈ, ਜਿਹਦੇ ਨਾਲ ਉਹਨਾਂ ਦੇ ਲਿਵਰ ਦਾ, ਕਿਡਨੀ ਦਾ ਕਿਸ ਤਰ੍ਹਾਂ ਉਹਨਾਂ ਦੇ ਫੰਕਸ਼ਨ ਚੱਲ ਰਹੇ ਨੇ ਉਹ ਪਤਾ ਲੱਗਦੇ ਰਹਿਣ। ਔਰ ਸ਼ੂਗਰ ਵਾਲੇ ਮਰੀਜ਼ਾਂ ਨੂੰ ਆਪਣੀਆਂ ਅੱਖਾਂ ਦਾ ਵੀ ਟੈਸਟ 2 ਸਾਲ ਬਾਅਦ ਕਰਵਾ ਲੈਣਾ ਚਾਹੀਦਾ, ਕਿਉਂਕਿ ਆਮ ਤੌਰ 'ਤੇ ਕਈ ਵਾਰ ਇੰਨਾ ਡੈਮੇਜ ਹੋ ਜਾਂਦਾ ਹੈ ਕਿ ਪੇਸ਼ੈਂਟ ਨੂੰ ਪਤਾ ਹੀ ਨਹੀਂ ਹੁੰਦਾ। ਜੇ ਸ਼ੂਗਰ ਕਰਕੇ ਪੇਸ਼ੈਂਟ ਦਾ ਰੈਟੀਨਾ ਖਰਾਬ ਹੋ ਗਿਆ ਉਹ ਕਈ ਵਾਰ ਇਰਿਵਰਸੀਬਲ ਹੁੰਦਾ। ਅੱਛਾ ਜੀ, ਲੇਕਿਨ ਜੇ ਪਹਿਲਾਂ ਪਤਾ ਲੱਗ ਜਾਵੇ ਤਾਂ ਮਰੀਜ਼ ਆਪਣਾ ਸ਼ੂਗਰ ਨੂੰ ਕੰਟਰੋਲ 'ਚ ਰੱਖਦਾ। ਠੀਕ, ਇਹ ਅੱਖਾਂ ਦੇ ਉੱਪਰ ਜਦੋਂ ਅਸਰ ਕਰਦੀ, ਕਿਉਂਕਿ ਕਈ ਵਾਰ ਨਜ਼ਰ ਉੱਦਾਂ ਕਮਜ਼ੋਰ ਹੋ ਜਾਂਦੀ ਹੈ ਅਤੇ ਆਪਾਂ ਨੂੰ ਲੱਗਦਾ ਕਿ ਨਜ਼ਰ ਕਮਜ਼ੋਰ ਹੋਈ ਹੈ, ਪਰ ਕੀ ਇਹ ਸ਼ੂਗਰ ਹੋਣ ਦਾ ਵੀ ਇੱਕ ਕਾਰਨ ਬਣ ਸਕਦੀ ਹੈ? ਕਿੱਦਾਂ ਪਤਾ ਲੱਗਦਾ ਜਦੋਂ ਸਾਨੂੰ ਹਲਕਾ ਧੁੰਦਲਾ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਜਾਂ ਕੁਛ ਹੋਰ ਕਾਰਨ ਵੀ ਹੁੰਦੇ ਆ ਵੀ ਅੱਖਾਂ ਤੋਂ ਪਤਾ ਲੱਗ ਜਾਂਦਾ? ਅੱਖਾਂ ਦਾ ਸਾਡੇ ਅੱਖਾਂ ਦੇ ਵਿੱਚ ਜਿਹੜਾ ਪਰਦਾ ਹੁੰਦਾ ਜਿਹਨੂੰ ਅਸੀਂ ਰੈਟੀਨਾ ਕਹਿੰਦੇ ਹਾਂ ਜੀ, ਉਹ ਨਰਵਸ ਸਿਸਟਮ ਦਾ ਪਾਰਟ ਹੈ। ਜਦੋਂ ਸ਼ੂਗਰ ਨਰਵਸ ਸਿਸਟਮ 'ਤੇ ਆਪਣਾ ਅਸਰ ਦਿਖਾਉਣ ਲੱਗਦੀ ਹੈ, ਮੈਂ ਜਿਵੇਂ ਦੱਸਿਆ ਵੀ ਪਹਿਲਾਂ ਤਾਂ ਪੈਰੀਫੈਰਲ ਨੋਰਾਇਟਿਸ ਹੋ ਜਾਂਦਾ ਹੈ, ਇਹ ਤੋਂ ਬਾਅਦ ਆਪਟਿਕ ਨੋਰਾਇਟਿਸ ਹੋ ਜਾਂਦਾ ਹੈ ਜਿਹਦੇ ਨਾਲ ਪੇਸ਼ੈਂਟ 'ਚ ਬਲਾਈਂਡਨੈਸ ਤੱਕ ਆ ਜਾਂਦੀ ਹੈ। ਅੱਛਾ ਜੀ, ਇਹ ਬਹੁਤ ਸੀਰੀਅਸ ਲੱਛਣ ਹੈ। ਠੀਕ ਹੈ, ਸੋ ਸ਼ੂਗਰ ਦੇ ਮਰੀਜ਼ਾਂ ਲਈ ਬੜਾ ਇੰਪੋਰਟੈਂਟ ਹੈ ਕਿ 2 ਸਾਲ ਬਾਅਦ ਆਪਣੇ ਅੱਖਾਂ ਦੇ ਡਾਕਟਰ ਕੋਲ ਜਾ ਕੇ ਆਪਣਾ ਅੱਖਾਂ ਦਾ ਟੈਸਟ ਕਰਵਾਉਣਾ ਚਾਹੀਦਾ ਹੈ। ਬਿਲਕੁਲ ਡਾਕਟਰ ਸਾਹਿਬ, ਇਹ ਪ੍ਰੋਗਰਾਮ ਵੇਖਦਿਆਂ ਹੋਇਆਂ ਬਹੁਤ ਸਾਰੇ ਸਾਡੇ ਅਜਿਹੇ ਜਿਹੜੇ ਦਰਸ਼ਕ ਹੋਣਗੇ ਜੋ ਹੋ ਸਕਦਾ ਇਸ ਬਿਮਾਰੀ ਤੋਂ ਪੀੜਿਤ ਹੋਣ ਜਾਂ ਉਹਨਾਂ ਦਾ ਕੋਈ ਨਜ਼ਦੀਕੀ ਇਸ ਬਿਮਾਰੀ ਤੋਂ ਪੀੜਿਤ ਹੋਵੇ, ਤੁਸੀਂ ਉਹਨਾਂ ਨੂੰ ਕੁਛ ਤੁਹਾਡੇ ਕੋਲ ਸਲਾਹ ਲੈਣੀ ਚਾਹੁੰਦੇ ਹੋਣ, ਤੁਸੀਂ ਆਪਣਾ ਫੋਨ ਨੰਬਰ ਇੱਕ ਵਾਰੀ ਸ਼ੇਅਰ ਕਰ ਦਿਓ ਸਾਡੇ ਦਰਸ਼ਕਾਂ ਨਾਲ ਅਤੇ ਆਪਣਾ ਐਡਰੈਸ ਵੀ, ਅਤੇ ਜੇ ਕਿਉਂਕਿ ਤੁਸੀਂ ਕੈਨੇਡਾ ਵਿੱਚ ਬ੍ਰੈਂਪਟਨ ਦੇ ਵਿੱਚ ਬੈਠੇ ਹੋ ਅਤੇ ਜੇ ਉਹ ਕਿਸੇ ਹੋਰ ਦੇਸ਼ ਦੇ ਵਿੱਚ ਕਿਸੇ ਹੋਰ ਸੂਬੇ ਦੇ ਵਿੱਚ ਬੈਠੇ ਆ ਕੈਨੇਡਾ ਦੇ, ਤੁਹਾਡੇ ਕੋਲ ਦਵਾਈ ਮੰਗਵਾਉਣਾ ਚਾਹੁੰਦੇ ਹੋਣ, ਉਹ ਕਿਵੇਂ ਮੰਗਵਾ ਸਕਦੇ ਹੋ ਜੀ? ਦੇਖੋ ਜੀ, ਮੈਂ ਬ੍ਰੈਂਪਟਨ ਦੇ ਵਿੱਚ ਪ੍ਰੈਕਟਿਸ ਕਰਦਾ, ਫਰਾਈਡੇ ਸੈਚਰਡੇ 2 ਦਿਨ ਤਾਂ ਮੇਰਾ ਵਾਕ ਇਨ ਕਲੀਨਿਕ ਹੁੰਦਾ, 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ। ਐਡਰੈਸ ਹੈਗਾ 2250 ਬੋਵੇ ਡਰਾਈਵ ਈਸਟ, ਔਰ ਯੂਨਿਟ ਹੈਗਾ 601 ਬ੍ਰੈਂਪਟਨ। ਔਰ ਜੇ ਤੁਸੀਂ ਬਾਹਰੋਂ ਕਿਤੇ ਕਾਲ ਕਰਨੀ ਹੈ, ਮੇਰਾ ਫੋਨ ਨੰਬਰ ਹੈ 416-804-1500। ਲੇਕਿਨ ਜਿਹੜੇ ਮਰੀਜ਼ਾਂ ਨੂੰ ਐਲੋਪੈਥਿਕ ਦਵਾਈਆਂ ਲੈ ਕੇ ਆਰਾਮ ਨਹੀਂ ਆਇਆ ਜਾਂ ਉਹਨਾਂ ਦੀ ਸ਼ੂਗਰ ਕੰਟਰੋਲ 'ਚ ਨਹੀਂ ਆਈ, ਉਹ ਡੈਫੀਨੇਟਲੀ ਮੈਨੂੰ ਕੰਟੈਕਟ ਕਰ ਸਕਦੇ ਹਾਂ, ਕਿਉਂਕਿ ਮੈਂ ਇਹ ਦੇਖਿਆ ਵੀ ਜਿਹਨਾਂ ਮਰੀਜ਼ਾਂ ਨੂੰ ਐਲੋਪੈਥਿਕ ਦਵਾਈਆਂ ਨਾਲ ਆਰਾਮ ਨਹੀਂ ਆਉਂਦਾ, ਜਦੋਂ ਅਸੀਂ ਆਪਣੀਆਂ ਦਵਾਈਆਂ ਦਿੱਤੀਆਂ ਨੇ ਤਾਂ ਉਹਨਾਂ ਨੂੰ ਤੁਰੰਤ ਫਾਇਦਾ ਹੋਇਆ। ਬਿਲਕੁਲ ਜੀ, ਸੋ ਉਹ ਮਰੀਜ਼ਾਂ ਨੂੰ ਜੇ ਕਿਤੇ ਕੰਟਰੀ ਦੇ ਬਾਹਰੋਂ ਵੀ ਸਾਨੂੰ ਕਾਲ ਕਰਦੇ ਹਾਂ, ਅਸੀਂ ਇਹ ਕਿਉਂਕਿ ਦਵਾਈਆਂ ਫੂਡ ਸਪਲੀਮੈਂਟਸ ਦੇ ਤੌਰ 'ਤੇ ਕੰਮ ਕਰਦੀਆਂ, ਅਸੀਂ ਐਜ਼ ਡਾਇਟਰੀ ਸਪਲੀਮੈਂਟ ਕਨੇਡਾ ਤੋਂ ਅਸੀਂ ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ ਸਭ ਜਗ੍ਹਾ ਦਵਾਈਆਂ ਭੇਜ ਰਹੇ ਹਾਂ, ਔਰ ਮਰੀਜ਼ਾਂ ਨੂੰ 4th-5th ਦਿਨ ਦਵਾਈ ਮਿਲ ਜਾਂਦੀ ਹੈ। ਬਿਲਕੁਲ ਜੀ, ਡਾਕਟਰ ਸਾਹਿਬ ਤੁਸੀਂ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਜਿਹੜੀ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ। ਡਾਕਟਰ ਸਾਹਿਬ ਨਾਲ ਫਿਰ ਹਾਜ਼ਰ ਹੋਵਾਂਗਾ ਕਿਸੇ ਹੋਰ ਅਜਿਹੀ ਬਿਮਾਰੀ ਦੇ ਨਾਲ ਜੋ ਆਮ ਲੋਕਾਂ ਦੇ ਵਿੱਚ ਪਾਈ ਜਾਂਦੀ ਹੈ ਅਤੇ ਜਿਸ ਦਾ ਇਲਾਜ ਬਹੁਤੀ ਵਾਰ ਪਤਾ ਨਹੀਂ ਹੁੰਦਾ ਕਿ ਉਹਦਾ ਸਹੀ ਢੰਗ ਕੀ ਹੈ। ਤਦ ਤੱਕ ਲਈ ਮੈਨੂੰ ਅਵਨੀਤ ਸਿੰਘ ਤੇਜਾ ਨੂੰ ਦਿਓ ਇਜਾਜ਼ਤ, ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਪ੍ਰਾਈਮ ਏਸ਼ੀਆ ਟੀਵੀ ਦਿਲ ਦੀਆਂ ਗਹਿਰਾਈਆਂ 'ਚੋਂ ਆਪ ਸਭ ਵੱਲੋਂ ਦਿੱਤੇ ਪਿਆਰ ਲਈ ਧੰਨਵਾਦੀ ਹੈ ਕਿ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਤੁਸੀਂ ਸਾਨੂੰ ਘਰ ਘਰ ਦੀ ਪਸੰਦ ਬਣਾ ਦਿੱਤਾ ਹੈ। ਅਜਿਹੇ 'ਚ ਅਸੀਂ ਪਹਿਲਾਂ ਨਾਲੋਂ ਵੀ ਜ਼ਿਆਦਾ ਮਿਹਨਤ ਨਾਲ ਹੋਰ ਨਵੇਂ ਪ੍ਰੋਗਰਾਮ ਲੈ ਕੇ ਆ ਰਹੇ ਹਾਂ, ਪਰ ਤੁਹਾਡੇ ਸਾਥ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਹਾਂ। ਸੋ ਯੂਟਿਊਬ 'ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈੱਲ ਦਾ ਬਟਨ ਜ਼ਰੂਰ ਦਬਾਉਣਾ ਤਾਂ ਜੋ ਨਵੇਂ ਪ੍ਰੋਗਰਾਮਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਇਹਨਾਂ ਪਲੈਟਫਾਰਮਸ 'ਤੇ ਵੀ ਤੁਸੀਂ ਸਾਨੂੰ ਦੇਖ ਸਕਦੇ ਹੋ ਅਤੇ ਇਸ ਦੇ ਨਾਲ ਹੀ ਇਹਨਾਂ ਸਾਰੇ ਪਲੈਟਫਾਰਮਸ 'ਤੇ ਵੀ ਅਸੀਂ ਅਵੇਲੇਬਲ ਹਾਂ ਅਤੇ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰਨਾ। ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ।